ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਸਰਬੱਤ ਸਾਧ ਸੰਗਤ, ਗੁਰੂ ਨਾਨਕ ਨਾਮ ਲੇਵਾ, ਪੰਥ ਦਰਦੀ ਅਤੇ ਸਮੁੱਚੀ ਲੋਕਾਈ ਨੂੰ ਖਾਲਸੇ ਦੀ ਦੇ ਸਿਰਜਣਾ ਦਿਵਸ ਅਨੰਦਪੁਰ ਸਾਹਿਬ ਦੀ ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ। ਅੱਜ ਦੇ ਦਿਨ 'ਤੇ ਦਸਮ ਪਾਤਸ਼ਾਹ ਹਜ਼ੂਰ ਨੇ ਗੁਰੂ ਨਾਨਕ ਸਾਹਿਬ ਦੇ 1469 ਵਿੱਚ ਅਵਤਾਰ ਧਾਰਨ ਤੋਂ ਬਾਅਦ ਇੱਕ ਲੰਮਾ ਇਤਿਹਾਸਕ ਸਫ਼ਰ ਤੈਅ ਕਰਕੇ 1699 ਨੂੰ ਅੱਜ ਵਿਸਾਖੀ ਦੇ ਦਿਹਾੜੇ ਇੱਕ ਨਵੀਂ ਕੌਮ ਦੀ ਸਿਰਜਣਾ ਕੀਤੀ, ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਔਰ ਸਮੁੱਚੀ ਮਨੁੱਖਤਾ ਦੀ ਸਫ਼ੇ ਹਸਤੀ 'ਤੇ ਇੱਕ ਨਵੀਂ ਵਿਲੱਖਣ ਕੌਮ ਨਮੂਦਾਰ ਹੋਈ। ਨਵੀਂ ਸ਼ਕਲ ਸੂਰਤ, ਨਵੀਂ ਪਹਿਚਾਣ, ਜ਼ਿੰਦਗੀ ਜਿਉਣ ਦੇ ਨਵੇਂ ਅਮਲ, ਨਵੇਂ ਪਦ ਚਿੰਨ੍ਹ, ਨਵੀਆਂ ਪੰਥਕ ਪੱਧਤੀਆਂ, ਪੂਰੇ ਸੰਸਾਰ ਵਿੱਚ ਮਨੁੱਖ ਨੂੰ ਕਿੰਜ ਵਿਚਰਨਾ ਚਾਹੀਦਾ, ਉਹ ਅੱਜ ਦੇ ਦਿਹਾੜੇ ਸਾਰੇ ਦਸਤੂਰ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਤੈਅ ਕੀਤੇ ਔਰ ਇੱਕ ਨਵੀਂ ਕੌਮ ਨੂੰ ਜਨਮ ਦਿੱਤਾ। ਅੱਜ ਖਾਲਸਾ ਪੰਥ ਦਾ ਸੂਰਜ ਜੋ ਹੈ ਉਹ ਅਨੰਦਪੁਰ ਦੀ ਧਰਤੀ 'ਤੇ ਉਦੈ ਹੋਇਆ। ਮੈਂ ਅੱਜ ਦੇ ਇਸ ਸ਼ੁਭ ਅਵਸਰ 'ਤੇ ਸਾਰੀ ਮਨੁੱਖਤਾ ਨੂੰ, ਸਾਰੀ ਲੋਕਾਈ ਨੂੰ ਔਰ ਖਾਲਸਾ ਪੰਥ ਦੀਆਂ ਪੱਧਤੀਆਂ ਪਦ ਚਿੰਨ੍ਹਾਂ 'ਤੇ ਚੱਲਣ ਵਾਲੇ ਸਮੂਹ ਨਾਮ ਲੇਵਾ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸੱਚੇ ਪਾਤਸ਼ਾਹ ਇਸ ਸ਼ੁਭ ਅਵਸਰ 'ਤੇ ਪੂਰੀ ਕੌਮ 'ਤੇ ਕਿਰਪਾ ਕਰਨ ਕਿ ਉਹ ਉਹਨਾਂ ਵੱਲੋਂ ਦਰਸਾਏ ਸੁਨਹਿਰੀ ਮਾਰਗ ਜੋ ਅੱਜ ਵਿਸਾਖੀ ਦੇ ਦਿਹਾੜੇ 'ਤੇ ਦਸਮ ਪਾਤਸ਼ਾਹ ਹਜ਼ੂਰ ਨੇ ਨਵੀਂ ਕੌਮ ਨੂੰ ਸਿਰਜ ਕੇ ਉਸ ਦੇ ਲਈ ਜੋ ਦਸਤੂਰ ਤੈਅ ਕੀਤੇ, ਅਸੀਂ ਸਾਰੇ ਉਹਨਾਂ ਪਵਿੱਤਰ ਦਸਤੂਰਾਂ ਦੇ ਪਹਿਰੇਦਾਰ ਹੋ ਸਕੀਏ। ਇਹਨਾਂ ਸ਼ਬਦਾਂ ਨਾਲ ਪੁਨਰ ਸਾਰੀ ਸੰਗਤ ਨੂੰ, ਪੂਰੇ ਬ੍ਰਹਿਮੰਡ ਵਿੱਚ ਵਸਣ ਵਾਲੇ ਮਨੁੱਖਤਾ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।